ਲੈ ਬਾਹਰ 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 ਚੱਲ ਬਾਹਰ ਬਾਹਰ ਚੱਲ ਬਾਹਰ 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 ਲੈ ਕੇ ਚੱਲ ਘੁਮਾ ਦੇ ਘੋੜਾ ਘੁਮਾ ਦੇ ਘੁਮਾ ਦੇ ਲੈ ਆ ਘੁਮਾ ਦੇ ਘੁਮਾ ਦੇ ਘੁਮਾ ਦੇ ਹਾਂ ਚੱਲ 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 ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਅੱਜ ਹੁੰਦੀ ਆ ਟਕ ਟਕ ਤੇਰੀ ਰੋਕ 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 ਸਤਿ ਸ਼੍ਰੀ ਅਕਾਲ ਜੀ ਮੈਂ ਜਸਪਾਲ ਸਿੰਘ ਪੇਜ ਘੋੜੇ ਵਾਲਾ ਜੋੜਾ ਤੋਂ ਪਿੱਛੇ ਸਹਿਜਪ੍ਰੀਤ ਕੌਰ ਦਾਨਵੀਰ ਦੇ ਨਾਲ ਅਤੇ ਰਾਕੇਸ਼ ਆ ਗਿਆ ਆਪਣਾ ਫਿਊਚਰ ਦਾ DC ਆਪਣੀ ਨੀਲੀ ਨਾਲ ਨੀਲੀ ਕੱਢ ਲਈ ਅੱਜ ਅਤੇ ਕੱਲ੍ਹ ਆਪਾਂ ਪੈਰ ਬਣਵਾਏ ਸੀਗੇ ਜਗਤਾਰ ਖਾਨ ਬਾਈ ਤੋਂ ਅਤੇ ਅੱਜ ਟੈਸਟਿੰਗ ਲਈਏ ਪੈਰਾਂ ਦੀ ਅੱਜ ਸਹਿਜ ਤੋਰੂਗੀ ਨੀਲੀ ਅੱਜ ਸਹਿਜ ਨੂੰ ਫੜਾਵਾਂਗੇ ਨੀਲੀ ਅਤੇ ਮੈਂ ਤੋਰੂੰਗਾ ਅੱਜ ਦਾਨਵੀਰ ਨਾ 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 ਅੱਜ ਨੀਲੀ ਤੋਰ ਤੂੰ ਬੱਚਾ ਤੋਰ ਲੈ ਦਾਨਵੀਰ ਤਾਂ ਲੈ ਚੱਲ ਇੱਧਰ ਆ ਗਿਆ ਨਾ ਦੇਖ ਲਾ ਕਾਠੀ ਫੜ ਕੇ ਚੜ ਜੀ ਕਾਠੀ ਫੜ ਕੇ ਚੜ ਜੀ ਛੋਟੇ ਸਵਾਰ ਘੋੜੇ ਘੋੜੀ ਪੇ ਚੜਨੇ ਜਾ ਰਹੇ ਹੈਂ ਓ ਵੱਡੇ ਉਸਤਾਦ ਛੋਟੇ ਸਵਾਰ ਉਸਤਾਦ ਤੁਸੀਂ ਸਾਰੇ ਸਿੱਖੇ ਹੋ ਉਸਤਾਦ ਚੜ 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 ਏ ਸ਼ਾਬਾਸ਼ ਤੂੰ ਕੋਨਫੀਡੈਂਸ ਹੀ ਨੀ ਰੱਖਿਆ ਹੋਇਆ ਲੈ ਤੂੰ ਐਂ ਕਰ ਮਸਤਾਨੀ ਦੀ ਲਗਾਮ ਫੜ ਰਾਕੇਸ਼ ਨੂੰ ਆਹ ਫੜਾਊਂਗਾ ਫਿਰ ਮੈਂ ਚੜਾਉਣਾ ਆ ਵੀ ਫੜ ਲਾ ਤੇ ਮਗਰ ਲਾ ਦਾਨਵੀਰ ਵੀ ਫੜ ਲਾ ਗੂਗਲੀ ਮੂਗਲੀ ਕਿੱਥੇ ਰਕਾਬਾਂ ਕਿੱਥੇ ਮੇਰੇ ਪੈਰ ਲੈ ਵੀ ਛੋਟੇ ਸਵਾਰ ਘੋੜੇ ਚੜ ਗਏ ਨੇ ਖੜ ਜਾ ਇਹਦੇ ਤੇ ਨਾ ਰਕਾਬਾਂ ਦੀ ਤੈਨੂੰ ਲੋੜ ਵੀ ਨਹੀਂ ਐਂ ਤਰੂਗੀ ਇਹ ਜਿਵੇਂ ਸੋਫੇ ਤੇ ਬੈਠੀ ਹੈ ਇਹ ਨਹੀਂ ਹਲਦੀ ਨਾ ਭੜਕਾਵੇ ਨਾ ਹੱਲੇ ਕਿਹੜੀ ਰਕਾਬ ਸਹੀ ਪੈਰ ਚ ਪਾਓ ਕਿੰਨੇ ਪੈਰ ਨੇ ਉਸਤਾਦ ਕਿੰਨੇ ਪੈਰ ਨੇ ਇਹਦੇ ਚ ਨਾ 6 ਕਿ ਨਹੀਂ ਹੈਗੇ ਬੇਟਾ ਹੋਰ ਟੈਟ ਕਰਨੀ ਹੈ ਉੱਤੇ ਕਰਕੇ ਬੰਦ ਹੋਇਆ ਨੂੰ ਬਸ ਤੂੰ ਅੱਗੇ ਚੱਲ ਆਪਣੇ ਇਹਨਾਂ ਤੋਂ ਵਿੱਚ ਤੋਂ ਕੱਢਦੇ ਐਵੇਂ ਖਤਰਾ ਖਤਰੇ ਦੀ ਝੰਡੀ 'ਤੇ ਬਾਕੀ ਇੱਥੋਂ ਤਾਂ ਕੋਈ ਖਤਰਾ ਨਹੀਂ ਹੈ ਇਹਨੂੰ
ਬਸ ਚੱਲ 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 ਜਾਨ ਰਾਖੀ ਵਿੱਚ ਚੱਲ ਚੱਲ ਬੁਢਾਪਾ ਆਉਂਦਾ ਨੀ ਸੋਨੂ ਸੋਨੂ ਬਾਈ ਜਿੰਦਾਬਾਦ ਬਹੁਤ ਵੱਡੀ ਗਲਤੀ ਲੈਂਸ ਖਰਾਬ ਹੋ ਗਏ ਅੱਖਾਂ 'ਤੇ ਚੇਂਜ ਕਰਾ ਦਿਓ ਲੈਂਸ ਖਰਾਬ ਹੋ ਗਏ ਤੁਹਾਡੀ ਅੱਖਾਂ 'ਤੇ ਚੇਂਜ ਕਰਾ ਦਿਓ ਬਦਲੋ ਸਾਈਡ ਮੈਂ ਹਾਂ ਆਪਾਂ ਉਹਨੇ ਕਰੀ ਜਾਣਾ ਅੱਗੇ ਕੋਈ ਸਾਜ ਨੰਦ ਹੋਵੇ ਦੀ ਹੈ ਨਹੀਂ ਅੱਜ ਕੋਈ ਅੱਜ ਹੈ ਨਹੀਂ ਕੋਈ ਪ੍ਰੋਗਰਾਮ ਅੱਜ ਪੈਲਸ ਪ੍ਰੋਗਰਾਮ ਨਹੀਂ ਗਾ ਇਹਨੂੰ ਕਹਿ ਦੋ ਆਹ ਕਹਿੰਦਾ ਕਿ ਮੇਰੀ ਵੈਲਿਊ ਬਹੁਤ ਹੈ ਇੱਥੇ ਬਾਉਂਡੇ ਆ ਜ਼ਿਆਦਾ ਪੱਟਦਾ ਬਾਉਂਡੇ ਆ ਜ਼ਿਆਦਾ ਪੱਟਦਾ ਲਿਆਓ ਕਦੇ ਚੱਲ
ਜਵਾਦਾਂ ਨੇ ਮੁੰਡੇ ਪੱਟਦੇ ਦੀਦੀ ਜਵਾਦਾਂ ਦੀ ਗੱਲ ਹੈਗਾ ਓਏ ਸਾਈਡ ਹੋ ਸਾਈਡ ਹੋ ਸਾਈਡ ਹੋ ਸਾਈਡ ਕਰ ਸਾਈਡ ਕਰ ਸਾਈਡ ਕਰ ਸਾਈਡ ਕਰ ਸਾਈਡ ਕਰ ਤੂੰ ਸਾਈਡ ਕਰ ਤੂੰ ਸਾਈਡ ਕਰ ਤੂੰ ਸਾਈਡ ਕਰ ਘੋੜੇ ਉੱਪਰ ਮਿੱਤਰੋ ਦਾਨਵੀਰ ਅਤੇ ਮਸਤਾਨੀ ਲੈ ਆਏ ਅਸੀਂ ਨਹਿਰ ਦੀ ਕੱਚੀ ਪਹੀ 'ਤੇ ਨਹਿਰ ਦੀ ਕੱਚੀ ਪਹੀ 'ਤੇ ਆਉਣ ਵਾਸਤੇ ਵੀ ਸਾਨੂੰ 3-4 ਕਿਲੋਮੀਟਰ ਜਿਹੜੀ ਸੜਕ ਹੈ ਉਹ ਬਗਲ ਕੇ ਆਉਣੀ ਪੈਂਦੀ ਹੈ। ਐਂ ਤਾਂ ਹੈ ਨਹੀਂ ਵੀ ਇਹਨਾਂ ਨੂੰ ਕਿਸੇ ਟਰਾਲੀ 'ਚ ਪਾ ਕੇ ਸਿੱਧਾ ਇੱਥੇ ਪਹੀ 'ਤੇ ਲਾਹ ਲਾਂਗੇ ਅਤੇ ਜਾਂ ਐਂ ਨਹੀਂ ਗੋਦੀ ਚੱਕ ਕੇ ਲਿਆਵਾਂਗੇ। ਅਤੇ ਕਈ ਲੋਕ ਐਂ ਵੀ ਬੋਲਦੇ ਵੀ ਤੁਸੀਂ ਕੋਈ ਨਾ ਫਿਰਦੀ ਰਹਿਣ ਦੇ। ਅਤੇ ਆਹ ਵੇਖੋ ਮੁੜਕਾ ਘੋੜੇ ਦੇ, ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਜਮ੍ਹਾਂ ਸਵੇਰੇ ਘੋੜੇ ਤੋਰ ਲਈਏ। ਦੇਖੋ ਚੋਈ ਆਉਂਦਾ ਸਾਰੇ ਪੈਰਾਂ ਕੋਲੋਂ, ਦੇਖੋ ਮਗਰਲੇ ਪਾਸੇ ਵੀ ਦੇਖੋ ਸਾਰਾ ਘੋੜਾ ਚੋਈ ਆਉਂਦਾ। ਹੁਣ ਇਹਦੀ ਮੜੀ ਗੱਦੀ ਢਿੱਲੀ ਹੋ ਗਈ ਸੀਗੀ, ਉਹ ਕਸੀ ਹੈ ਮੈਂ ਅਤੇ ਰਕੇਸ਼ ਨੇ। ਅਤੇ ਅੱਜ ਕੈਮਰਾਮੈਨ ਆ ਰਿਹਾ ਰਕੇਸ਼ ਅਤੇ ਸੋਨੂ, ਅਤੇ ਉੱਧਰ ਮਸਤਾਨੀ ਨੇ ਚਰਨ 'ਤੇ ਜ਼ੋਰ ਦੇ ਰੱਖਿਆ। ਤੂੰ ਵੀ ਕਰ ਲਾ ਕੋਈ ਮਾੜਾ ਮੋਟਾ ਖਾ ਲਾ, ਦੇਖ ਕੱਖ ਨਹੀਂ ਹੁੰਦਾ ਵੀਰੇ। ਆਹਾ ਹਾਂ ਆਏ ਸ਼ਾਬਾ ਕੇ ਲੈ ਲਾਜ ਰੱਖ ਲਈ ਤੂੰ ਤਾਂ ਵੇ। ਅੱਜ ਅੱਜ ਰੀਸਾਂ 'ਚ ਖਾਂਦਾ, ਅੱਜ ਰੀਸਾਂ 'ਚ ਧਰਮ ਪਤਨੀ ਖਾ ਰਹੀ ਹੈ ਨਾ। ਧਰਮ ਪਤਨੀ ਇਹਦੀ ਖਾਧੀ, ਇਹਦੀ ਤਾਂ ਇਕੱਲੀ ਸਹੇਲੀ ਹੈ, ਧਰਮ ਪਤਨੀ ਤਾਂ ਨੁਕਰੇ ਦੀ ਹੈ। ਫੇਰ ਇਹਦੇ ਨਾਲ ਲਓ ਬਈ ਦਾਨਵੀਰ ਚੌਂਕ ਤੱਕ ਜਾਣਾ ਅਤੇ ਵਾਪਸੀ ਹੈ ਤਾਂ ਵਾਪਸੀ ਖਾ ਲੈਣ ਦੋ ਵਿਚਾਰਿਆਂ ਨੂੰ। ਰੋਕੇ
ਬਦਲਦਾ ਫਿਰ ਤੁਸੀਂ ਸਵਾਰ ਕੀ ਹੋਏ ਮੈਨੂੰ ਆਹ ਦੱਸੋ ਪਤਾ ਕੀ ਹੋਇਆ 4:30 ਦਾ ਅਲਾਰਮ ਲਾਇਆ ਮੈਂ ਉੱਠ ਗਿਆ 4:30 ਮੈਂ ਕਿਹਾ ਚੱਲ ਅਜੇ ਤਾਂ ਟਾਈਮ ਪਿਆ ਹੈ ਕੋਈ ਨਾ ਫੋਨ ਸਾਈਡ 'ਤੇ ਰੱਖਿਆ ਫਿਰ ਸੋ ਗਿਆ ਲਓ ਜੀ ਰਾਈਡ ਤੋਂ ਗਏ ਅਸੀਂ ਆ ਅਤੇ ਹੁਣ ਦਾਨਵੀਰ ਲਾਉਣ ਲੱਗਿਆ ਲੇਟ ਲੇਟ ਗਿਆ ਘੋੜਾ ਚਲੋ ਜੀ ਆ ਹੋ ਗਿਆ ਲੇਟਾ ਸ਼ੁਰੂ ਹੁਣ ਪਾਸਾ ਦੂਜਾ ਇੱਕ ਪਾਸੇ ਹੋ ਗਿਆ ਹੁਣ ਦੂਜੇ ਪਾਸੇ ਲਿਟੂਆ 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 ਦੂਜੇ ਪਾਸੇ ਵੀ ਲਿਟੂਆ ਹਾਂ ਝਾੜ ਹੀ ਗਿਆ ਪਿੰਡਾ ਨਾ ਕੋਈ ਮੂੜੀ ਇਹ ਐਂ ਨਹੀਂ ਪਤਾ ਦੁਬਾਰੇ ਫੇਰ ਹੋ ਜੇ ਟੇਢਾ ਆ ਦੇਖਿਆ ਡਲਾ ਦੇਖੀ ਕਿੱਡਾ ਖਾਣਾ ਮਿੱਟੀ ਦਾ ਕੀ ਹਾਜਮੁੱਲ ਹੈ ਇਹ ਨਾ ਖਾਣ ਦੇ ਹੁਣ ਤਾਂ ਖਾਈ ਗਿਆ ਆ ਨਹੀਂ ਮਾਰਦੀ ਲੇਟਾ ਹਜੇ ਗੱਬਣ ਹੈ ਨਾ ਇਹ ਇਕੱਲਾ ਬਹਿੰਦੀ ਹੈ ਉਹ ਵੀ ਆਪਦੀ ਖੁਰਲੀ 'ਤੇ ਜਾ ਕੇ ਲੇਟ ਨਹੀਂ ਮਾਰਦੀ ਹੈ ਮਾਰਨਾ ਨਹੀਂ ਲੇਟ ਇਹਨੇ ਦਾਨਵੀਰ ਦੀ ਖੂਬਸੂਰਤੀ ਦੀਆਂ ਲੋਕ ਮਿਸਾਲਾਂ ਦਿੰਦੇ ਆ ਖੂਬਸੂਰਤ ਦੇਖੋ ਕਿਹੋ ਜਿਹਾ ਹੋਇਆ ਲੇਟਾਂ ਮਾਰ ਕੇ ਲਓ ਜੀ ਹੁਣ ਸਵਾਰੀ ਵੀ ਹੋ ਗਈ ਘਾਹ ਵੀ ਚਰਾ ਲਿਆ ਲੇਟ ਵੀ ਲਾ ਲਈ ਹੁਣ ਕੰਮ ਰਹਿ ਗਿਆ ਸਫਾਈ ਦਾ ਸਫਾਈ ਦੀ ਉਹੀ ਗੱਲ ਜਦੋਂ ਵੀ ਕੋਈ ਵੀ ਜਾਨਵਰ ਨਵਾਉਣਾ ਉਦੋਂ ਪਹਿਲਾਂ ਜਿਹੜਾ ਪਾਣੀ ਹੈ ਉਹ ਪੈਰਾਂ 'ਤੇ ਪਾਵੇ ਪੈਰਾਂ 'ਤੇ ਪਾਣੀ ਪਾਵੇ ਤਾਂ ਕਿ ਇਹਦਾ ਜਿਹੜਾ ਬੋਡੀ ਹੈ ਉਹ ਜਿਹੜਾ ਤਾਪਮਾਨ ਹੈ ਉਹਨੂੰ ਐਡਜਸਟ ਕਰ ਲਏ
ਆਹ ਜਿਹੜਾ ਜੀ ਸਰਵਿਸ ਵਾਲਾ ਪੰਪ ਹੈ ਅਤੇ ਇਹਦੇ ਕੋਈ ਜ਼ਿਆਦਾ ਪ੍ਰੈਸ਼ਰ ਨਹੀਂ ਹੈਗਾ। ਆ ਰਿਹਾ ਮੇਰਾ ਹੱਥ, ਆਹ ਦੇਖੋ, ਜੇਕਰ ਮੇਰੇ ਹੱਥ 'ਤੇ ਪ੍ਰੈਸ਼ਰ ਨਹੀਂ ਖੁੱਭੀ ਜਾਂਦਾ, ਦੇਖੋ ਇਹ ਖੁੱਭੀ ਜਾਂਦਾ, ਇਹਦਾ ਮਤਲਬ ਇੰਨੇ ਦੂਰ ਘੋੜੇ ਦੇ ਵੀ ਪ੍ਰੈਸ਼ਰ ਨਹੀਂ ਲੱਗੀ ਜਾਂਦਾ। ਹੁਣ ਸ਼ੁਰੂ ਕਰਾਂਗੇ ਉੱਤੋਂ, ਆਹ ਖੜ ਜਾ, ਕੁਛ ਨਹੀਂ ਹੋਣ ਲੱਗਿਆ, ਸਫਾਈ ਹੁੰਦੀ ਆ। ਦੋਸਤੋ ਹੁਣ ਦਾਨਵੀਰ ਨਵਾਉਣੇ ਆ, ਇਸ ਤੋਂ ਬਾਅਦ ਨਵਾਵਾਂਗੇ ਮਸਤਾਨੀ, ਫਿਰ ਧੰਨੋ ਦੀ ਵਾਰੀ। ਬਲੌਗ ਜ਼ਿਆਦਾ ਲੰਮਾ ਇਸ ਚੀਜ਼ 'ਤੇ ਨਾ ਕਰਕੇ ਇੰਨਾ ਕੀ ਬਲੌਗ ਰੱਖਾਂਗੇ। ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਬਾਈ ਬਣ ਕੇ ਸ਼ੇਅਰ ਕਰ ਦਿਆ ਕਰੋ, ਕਿਉਂਕਿ ਜੇਕਰ ਵੀਡੀਓ ਵਧੀਆ ਚੱਲਣਗੀਆਂ ਸਿੱਧੀ ਗੱਲ ਆ ਬਾਈ, ਫਿਰ ਹੀ ਇਨਕਮ ਆਊਗੀ, ਫਿਰ ਹੀ ਸ਼ੌਂਕ ਪੂਰੇ ਹੁੰਦੇ ਆ। ਐਵੇਂ ਲੋਕ ਕਹਿ ਤਾਂ ਦਿੰਦੇ ਆ ਵੀ ਵੀਡੀਓ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਪਰ ਐਂ ਕੋਈ ਨਹੀਂ ਦੱਸਦਾ ਵੀ ਕਮਾਈ ਆਉਂਦੀ ਹੈ। ਯੂਟਿਊਬ ਦੇ ਉੱਤੋਂ ਕਮਾਈ ਆਉਣ ਲੱਗੀ ਹੈ, $40-42 ਇਕੱਠੇ ਹੋਏ ਹੈ। ਫੇਸਬੁੱਕ ਦੇ ਉੱਤੇ ਹਜੇ ਕੁਛ ਨਹੀਂ ਹੋਇਆ, ਅਤੇ ਜੇਕਰ ਵੀਡੀਓ ਐਂ ਹੀ ਚੱਲਦੀਆਂ ਰਹੀਆਂ, ਕਮਾਈ ਵਧੂਗੀ, ਸ਼ੌਂਕ ਵਧੂਗਾ, ਬੰਦੇ ਵਧਣਗੇ, ਵੀਡੀਓ ਹੋਰ ਸਵਾਦ ਆਊਗਾ। ਇਸ ਕਰਕੇ ਸ਼ੇਅਰ ਕਰ ਦਿਓ, ਧੰਨਵਾਦ।